ਪਾਗਲ ਹੋ ਗਈ ਹੈ ਸਾਹਿਲ ਭਾਜੀ, ਮੈਂ ਤੁਹਾਡੇ ਨਾਲ ਗੇਮ ਖੇਲ ਰਹੀ ਹਾਂ ਜਿਸਦਾ ਨਾਂ ਹੈ ਐਟਲਸ। ਐਟਲਸ? ਹਾਂਜੀ। ਮੇਰੇ ਨਾਲ ਨਾ ਗੇਮ ਖੇਲਣ ਦੀ ਲੋੜ ਨਹੀਂ ਹੈਗੀ, ਆਪਾਂ ਮੁਕਾਬਲਾ ਕਰ ਰਹੇ ਹਾਂ, ਠੀਕ ਹੈ? ਮੈਂ ਗੇਮ ਖੇਡਨੀ ਹੈ, ਬਸ। ਉਹ ਕਿਤੇ ਨਾਲ ਖੇਡਦੀ ਹੈ? ਅਸੀਂ ਸਾਰੇ ਖੇਲਾਂਗੇ। ਓ ਯਾਰ ਸਿਮਰਨ, ਕਿਹੋ ਜਿਹੀ ਗੱਲਾਂ ਕਰਦੀ ਪਈ? ਇੱਥੇ ਮਿਊਜ਼ੀਕਲ ਮਾਹੌਲ ਬਣਿਆ ਹੋਇਆ, ਬੱਚੇ ਇੱਥੇ ਪਰਫਾਰਮੈਂਸਿਸ ਦੇ ਰਹੇ ਨੇ, ਗੇਮ ਆਪਾਂ ਨਹੀਂ ਖੇਲ ਸਕਦੇ। ਗੇਮ ਖੇਡਨੀ ਹੈ, ਖੇਡਨੀ ਹੈ। ਦੇਖ, ਸਿਆਣੇ ਬੱਚੇ ਕਦੇ ਜਿੱਤ ਨਹੀਂ ਕਰਦੇ ਤੇ ਸਿਆਣੇ ਬੱਚਿਆਂ ਦੀ ਕਦੀ ਗੱਲ ਵੀ ਨਹੀਂ ਮੋੜਦੇ। ਅੱਛਾ ਠੀਕ ਹੈ, ਠੀਕ ਹੈ ਮਿਰਚੀਏ, ਠੀਕ ਹੈ ਮੇਰੀ ਭੈਣੇ, ਤੂੰ ਗੇਮ ਖੇਲ ਲਾ। ਦੱਸ ਗੇਮ ਕੀ ਹੈ, ਬੱਚਿਆਂ ਨੂੰ ਵੀ ਸਮਝਾ ਕਿਵੇਂ ਖੇਡੀ ਦੀ ਗੇਮ। ਇਹ ਬੜੀ ਇੰਟਰਸਟਿੰਗ ਗੇਮ ਹੈ। ਇਹਦੇ ਵਿੱਚ ਮੈਂ ਇੱਕ ਸਿਟੀ ਜਾਂ ਕੰਟਰੀ ਦਾ ਨਾਮ ਲਵਾਂਗੀ, ਓਕੇ, ਜਿਹੜਾ ਉਹਦਾ ਲਾਸਟ ਅਲਫਾਬੈਟ ਹੋਏਗਾ। ਉਧਰੋਂ ਤੁਸੀਂ ਸਾਰਿਆਂ ਨੇ ਕੋਈ ਸਿਟੀ ਜਾਂ ਕੰਟਰੀ ਦਾ ਨਾਮ ਲੈਣਾ ਹੈ, ਸਿੰਪਲ। ਅੱਛਾ ਅੱਛਾ ਅੱਛਾ, ਜਿਵੇਂ ਕਿ ਤੂੰ ਮੈਨੂੰ ਪੁੱਛਿਆ ਮੈਂ ਕਿੱਥੋਂ ਆ, ਮੈਂ ਕਿਹਾ ਚੰਡੀਗੜ੍ਹ, ਚੰਡੀਗੜ੍ਹ ਖਤਮ ਹੋਇਆ ਐਚ ਤੇ ਤੂੰ ਬੋਲਿਆ ਹਰਿਆਣਾ। ਬਿਲਕੁਲ। ਅੱਛਾ ਅੱਛਾ, ਫਿਰ ਮੈਂ ਚੰਡੀਗੜ੍ਹ ਬੋਲਿਆ, ਚੰਡੀਗੜ੍ਹ ਖਤਮ ਹੋਇਆ ਐਚ ਤੇ ਤੂੰ ਬੋਲਿਆ ਹੈਦਰਾਬਾਦ। ਯੈਸ। ਫਿਰ ਬੋਲਿਆ ਹੰਗਰੀ। ਓਕੇ, ਇਹ ਗੇਮ ਹੈ। ਸਿਫਰੋ, ਆਪਾਂ ਖੇਡਾਂਗੇ ਕਿਵੇਂ? ਆਪਾਂ ਸ਼ੁਰੂਆਤ ਕਰਾਂਗੇ ਰੋਸ਼ਨ ਭਾਜੀ। ਦਿੱਲੀ। ਇੰਦੌਰ। ਇੰਗਲੈਂਡ। ਦੇਹਰਾਦੂਨ। ਨੋਇਡਾ। ਆਸਟ੍ਰੇਲੀਆ। ਉੱਚਰੀ ਨੂੰ। ਓਕੇ। ਇੰਡੀਆ। ਉਹ ਇੰਡੀਆ ਕਿੱਥੋਂ ਆ ਗਿਆ? ਡੈ ਡੈ, ਸਾਹਿਲ ਭਾਜੀ ਨੇ ਗਲਤ ਬੋਲਿਆ। ਅਹਿਮਦਾਬਾਦ। ਅਹਿਮਦਾਬਾਦ? ਅਹਿਮਦਾਬਾਦ। ਅੱਛਾ ਅਹਿਮਦਾਬਾਦ, ਮੈਂ ਕਹਿੰਦਾ ਅਹਿਮਦਾਬਾਦ। ਓਕੇ ਠੀਕ ਹੈ ਜੀ, ਅੱਗੇ। ਦੁਬਈ। ਓਕੇ। ਇੰਡੀਆ। ਫਿਰ ਇੰਡੀਆ? ਨਾ ਨਾ ਨਾ, ਦੁਬਾਰ ਤੋਂ ਰਿਪੀਟ ਦੀ। ਨੈਕਸਟ ਨੈਕਸਟ, 1 2 3 4 ਹਾਰ ਗਿਆ। ਚਲੋ ਇੱਥੇ ਆਪਾਂ ਹੁਣ ਗੇਮ ਖਤਮ ਕਰਦੇ ਹਾਂ, ਠੀਕ ਹੈ ਜੀ? ਖੁਸ਼ ਹੈ ਹੁਣ ਤੂੰ? ਹੈਪੀ ਹੈਪੀ? ਤਾੜੀਆਂ ਮਾਰਿਓ ਜੱਜੇਸ, ਬੱਚਿਓ, ਵੈਰੀ ਗੁੱਡ ਵੈਰੀ ਗੁੱਡ।